ਮੈਂ ਗੁਰਦੇਵ ਸਿੰਘ ਧਨੇਰ ਜੀ, ਅਤੇ ਸਾਡੇ ਬੱਚੇ ਪਲੱਸ 1 ਪਲੱਸ 2 'ਚ ਪੜ੍ਹਦੇ ਨੇ। ਅਸੀਂ ਤਾਂ ਇਹ ਬੇਨਤੀ ਸਰ ਨੂੰ ਕਰਨ ਆਏ ਸੀਗੇ ਬਈ ਸਾਡਾ ਕਿਵੇਂ, ਅਸੀਂ ਟਿਊਸ਼ਨ 'ਤੇ ਵੀ ਬੱਚੇ ਭੇਜਣੇ ਆ, ਬਈ 16 ਸਾਲ ਦੇ ਨੂੰ ਅਸੀਂ ਲਰਨਿੰਗ ਲਾਇਸੈਂਸ ਲੈ ਕੇ ਦਿੰਦੇ ਹਾਂ, ਟਰਾਈ ਕਰਦੇ ਹਾਂ, ਫਿਰ ਅਸੀਂ ਸਾਨੂੰ ਇਲੈਕਟ੍ਰੋਨਿਕਸ ਛੋਟੀਆਂ ਗੱਡੀਆਂ ਖਰੀਦਣੀਆਂ ਪੈਣਗੀਆਂ। ਜੇ ਤਾਂ ਉਹ ਅਲਾਊਡ ਨੇ ਫਿਰ ਤਾਂ ਅਸੀਂ ਖਰੀਦੀਏ, ਜੇ ਨਹੀਂ ਅਲਾਊਡ ਤਾਂ ਫਿਰ ਸਾਨੂੰ ਪ੍ਰੋਬਲਮ ਹੈ। ਅਤੇ ਉਹ ਐਂ ਵੀ ਠੀਕ ਆ ਜੀ, ਲਾਵਾਂਗੇ ਤਾਂ ਅਸੀਂ ਨਾਲ ਹਾਂ, ਹੈਲਮਟ ਪਾਵਾਂਗੇ, ਬੱਚਿਆਂ ਨੂੰ 40 ਤੋਂ ਭਜਾਉਣ ਨਹੀਂ ਦਿੰਦੇ, 20 ਤੋਂ ਭਜਾਉਣ ਨਹੀਂ ਦਿੰਦੇ ਵੱਧ। ਸਾਨੂੰ ਪ੍ਰੋਬਲਮ ਇਹ ਹੈ ਵੀ ਸਾਡੇ ਬੱਚੇ 2-2, 3-3 ਟਿਊਸ਼ਨਾਂ ਕਰਦੇ ਨੇ, ਬਈ ਅਸੀਂ ਉਹਨਾਂ ਵਾਸਤੇ 20-30 ਕਿਲੋਮੀਟਰ ਵਾਲੀ ਜਿਹੜੀ ਇਲੈਕਟ੍ਰੋਨਿਕਸ ਗੱਡੀ ਹੈ ਜੇ ਉਹਨੂੰ ਪਰਚੇਜ ਕਰ ਲਈਏ ਤਾਂ ਸਾਡੀ ਮਤਲਬ ਪ੍ਰਸ਼ਾਸਨ ਜਿੰਨੀ ਕੁ ਬਣਦੀ ਹੈ ਬੱਚਿਆਂ ਦੀ ਹੈਲਪ ਕਰੇ। ਉਹ ਤਾਂ ਬਹੁਤ ਹੀ ਮਾੜੀ ਗੱਲ ਆ, ਇਹ ਤਾਂ ਮਤਲਬ ਅਸੀਂ ਇਹਨੂੰ ਅਲਾਓ ਨਹੀਂ ਕਰਦੇ, ਨਾ ਅਸੀਂ ਮਤਲਬ ਇਹ ਗੱਲ ਕਿਸੇ ਨੂੰ ਕਹਿੰਦੇ ਹਾਂ ਬਈ ਵੋਲਟ ਚੱਕੋ ਜਾਂ ਮੋਟਰਸਾਈਕਲ ਚਲਾਓ। ਅਸੀਂ ਤਾਂ ਆਪਣੇ ਬੱਚਿਆਂ ਨੂੰ ਕੁਆਲੀਫਿਕੇਸ਼ਨ ਦੇਣ ਵਾਸਤੇ ਸਰ ਨੂੰ ਰਿਕੁਐਸਟ ਕੀਤੀ ਹੈ ਬਈ ਸਰ ਜੀ ਜੇ ਮਤਲਬ ਅਸੀਂ ਪ੍ਰਸ਼ਾਸਨ ਦੇ ਅੰਦਰ ਜੋ ਮਤਲਬ ਕਾਨੂੰਨ ਕਹਿੰਦਾ ਉਹਦੇ ਅੰਡਰ ਰਹਿ ਕੇ ਚਲਾ ਸਕਦੇ ਹਾਂ। ਇਹਨਾਂ ਨੇ ਸਾਨੂੰ ਅਲਾਓ ਕਰਤਾ ਬਈ ਮਤਲਬ 20-30 ਤੋਂ ਭਾਈ ਜੇ ਕੋਈ ਟਾਈਮ ਟੱਪਦਾ ਟਪਾ ਲਓ, ਜਿਹੋ ਜਿਹਾ 50 cc ਤੋਂ ਗੱਡੀ ਘੱਟ ਹੋਵੇ, ਅਤੇ ਬਾਕੀ ਜਿਹੋ ਜਿਹਾ ਅੱਗੇ ਪ੍ਰਸ਼ਾਸਨ ਇੰਸਟਰਕਸ਼ਨ ਦਊਗਾ ਅਸੀਂ ਉਹਦੇ ਨਾਲ ਚੱਲ ਪਾਂਗੇ। First of all, my name is Arya Gautam and I was just going, the dispersal just began right now and I was just going and I was stopped by the special police force here and the, you know, the new laws has been enacted right now and search for the regarding for this, I am stopped here and I please to sir that I will definitely follow the new rules from now onwards. That's all I have to say. This from now I will definitely do as our honorable government has just begun this rule and which is quite not quite, so it's very, you know, helpful for the children and for the society to maintain peace, and so it will help all of the, you know, the society all that. Rajiv Kumar ji, ਜਿਹੜੇ ਟ੍ਰੈਫਿਕ ਸੰਬੰਧੀ ਨਿਯਮ ਹੈ 1 ਅਗਸਤ ਤੋਂ ਲਾਗੂ ਹੋ ਰਹੇ ਆ, ਖਾਸ ਕਰਕੇ ਵੀ ਜਿਹੜੇ 18 ਸਾਲ ਦੇ ਬੱਚੇ ਆ, ਜੇ ਇਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਆ ਅਤੇ ਇਹ ਇਹਨਾਂ ਦੇ ਉੱਪਰ ਜਿਹੜਾ ਜੁਰਮਾਨਾ ਆ ਅਤੇ ਕੈਦ ਹੈਗੀ ਆ ਮਾਪਿਆਂ ਲਈ, ਅਤੇ ਇਹਦੇ ਨਾਲ ਲੱਗਦੇ ਆ ਵੀ ਬੱਚੇ ਜਿਹੜੇ ਰਸ਼ ਡਰਾਈਵਿੰਗ ਕਰਦੇ ਆ ਵੀ ਘਟੂਗੀ, ਅਤੇ ਟ੍ਰੈਫਿਕ ਰੂਲਸ ਦੀ ਪਾਲਣਾ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਜੇ ਅਸੀਂ ਟ੍ਰੈਫਿਕ ਰੂਲ ਦੀ ਪਾਲਣਾ ਨਹੀਂ ਕਰਾਂਗੇ ਅਤੇ ਹਾਦਸੇ ਜਿਹੜੇ ਵਾਪਰਨਗੇ, ਅਤੇ ਭਾਰਤ ਇੱਕ ਅਜਿਹਾ ਮੁਲਕ ਆ ਜਿਹਦੇ ਵਿੱਚ ਸੜਕੀ ਹਾਦਸਿਆਂ ਰਾਹੀਂ ਲੱਖਾਂ ਹੀ ਜਾਨਾਂ ਹਰੇਕ ਸਾਲ ਜਾਂਦੀਆਂ ਨੇ, ਜੇ ਲੋਕ ਜਾਂ ਬੱਚੇ ਜਾਂ ਮਾਪੇ ਆ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਨਗੇ ਤਾਂ ਇਹ ਹਾਦਸਿਆਂ ਨੂੰ ਰੋਕਿਆ ਜਾ ਸਕਦਾ। ਇਸ ਕਰਕੇ ਸਾਡੀ ਅਪੀਲ ਹੈ ਸਾਰੇ ਮਾਪਿਆਂ ਨੂੰ ਵੀ ਅਤੇ ਬੱਚਿਆਂ ਨੂੰ ਵੀ 1 ਅਗਸਤ ਤੋਂ ਜਿਹੜੇ ਇਹ ਕਾਨੂੰਨ ਲਾਗੂ ਹੋਏ ਆ ਇਹਨਾਂ ਦੀ ਜ਼ਰੂਰ ਪਾਲਣਾ ਕਰਨ। ਹਰੇਕ ਬੱਚਾ ਜਿਹੜਾ 18 ਸਾਲ ਦਾ ਹੈਗਾ ਆ ਉਹਦਾ ਡਰਾਈਵਿੰਗ ਲਾਇਸੈਂਸ ਬਣਿਆ ਹੋਇਆ ਹੋਵੇ, ਉਹਨੂੰ ਜਿਹੜੇ ਸੰਕੇਤ ਨੇ ਟ੍ਰੈਫਿਕ ਸੰਕੇਤ ਨੇ ਸਿੰਬਲਸ ਨੇ ਉਹਨਾਂ ਦੀ ਪੂਰੀ ਜਾਣਕਾਰੀ ਹੋਵੇ, ਹੈਲਮਟ ਲੈ ਕੇ ਹੀ ਉਹਨਾਂ ਨੂੰ ਮੋਟਰਸਾਈਕਲ ਸਕੂਟਰ ਚਲਾਉਣਾ ਚਾਹੀਦਾ ਆ, ਅਤੇ ਜਿਹੜੀ ਕਾਰ ਆ ਉਹ ਸੀਟ ਬੈਲਟ ਲਾ ਕੇ ਹੀ ਚਲਾਉਣੀ ਚਾਹੀਦੀ ਆ, ਤਾਂ ਇਸ ਨਾਲ ਅਸੀਂ ਬਹੁਤ ਸਾਰੇ ਹਾਦਸੇ ਹੋਣ ਤੋਂ ਬਚਾਅ ਕਰ ਸਕਦੇ। ਮੈਂ ਮਨਜੀਤ ਸਿੰਘ, DSP ਟ੍ਰੈਫਿਕ ਬਰਨਾਲਾ, ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਨਵੇਂ ਮੋਟਰ ਵਹੀਕਲ ਐਕਟ ਦੇ ਤਹਿਤ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸਕੂਟਰ ਮੋਟਰਸਾਈਕਲ ਬੁਲਟ ਚਲਾ ਰਹੇ ਨੇ, ਜੋ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਉਹਨਾਂ ਸੰਬੰਧੀ ਜਾਗਰੂਕਤਾ ਕਰਨ ਲਈ ਅਸੀਂ ਸ਼ਹਿਰ ਬਰਨਾਲਾ ਦੇ ਵੱਖ ਵੱਖ ਸਕੂਲਾਂ ਦੇ ਵਿੱਚ ਜਾ ਕੇ ਅਤੇ ਪੇਰੈਂਟਸ ਨਾਲ ਮੀਟਿੰਗਾਂ ਕਰਕੇ ਇਹ ਜਾਗਰੂਕ ਕਰ ਰਹੇ ਹਾਂ ਲੋਕਾਂ ਨੂੰ ਵੀ ਆਪਣੇ ਬੱਚਿਆਂ ਨੂੰ ਵੱਡੇ ਵਹੀਕਲ ਨਾ ਚਲਾਉਣ ਦਿੱਤਾ ਜਾਵੇ, ਅਤੇ ਜਿਹੜੇ ਛੋਟੇ ਬੱਚੇ ਨੇ ਉਹ 50 cc ਤੋਂ ਥੱਲੇ ਉਹ ਆਪਣਾ ਵਹੀਕਲ ਚਲਾ ਸਕਦੇ ਨੇ, ਪਰ ਉਹ ਟ੍ਰੈਫਿਕ ਨਿਯਮਾਂ ਦੀਆਂ ਸ਼ਰਤਾਂ ਜਿਵੇਂ ਹੈਲਮਟ ਪਾ ਕੇ ਚਲਾਉਣ, ਉਹ
ਮੋਬਾਈਲ ਫੋਨ ਦਾ ਯੂਜ਼ ਨਾ ਕਰਨ, ਅਤੇ ਇਸ ਸੰਬੰਧੀ ਅਸੀਂ ਪਿੰਡ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ ਵਿੱਚ ਜਾ ਕੇ, ਵੱਖ ਵੱਖ ਕਮੇਟੀਆਂ ਕਲੱਬਾਂ ਦੇ ਵਿੱਚ ਜਾ ਕੇ ਪੇਰੈਂਟਸ ਨੂੰ ਜਾਗਰੂਕ ਕਰ ਰਹੇ ਹਾਂ ਅਤੇ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਾਂ। ਉਹਨਾਂ ਨੂੰ ਜਾਗਰੂਕ ਕੀਤਾ ਗਿਆ ਵੀ ਜਿਹੜਾ ਕੁਛ ਦਿਨਾਂ ਦਾ ਸਮਾਂ ਜਿਹੜਾ ਸਰਕਾਰ ਵੱਲੋਂ 20 ਦਿਨ ਦਾ ਸਮਾਂ ਹੋਰ ਵਾਧਾ ਕੀਤਾ ਗਿਆ ਜਾਗਰੂਕਤਾ ਸੰਬੰਧੀ, ਤਾਂ ਜੋ ਲੋਕਾਂ ਨੂੰ ਇਹ ਨਾ ਲੱਗੇ ਵੀ ਸਾਡੇ ਤੋਂ ਇੱਕਦਮ ਕਾਨੂੰਨ ਲਾਗੂ ਹੋ ਗਏ, ਤਾਂ ਕਿ ਸਾਰੇ ਬੱਚੇ, ਹਰ ਬੱਚਾ ਦਾ ਪੇਰੈਂਟਸ ਅਤੇ ਬੱਚੇ ਇਸ ਸੰਬੰਧੀ ਜਾਗਰੂਕ ਹੋ ਜਾਣ ਅਤੇ ਉਹਨਾਂ ਨੂੰ ਪਤਾ ਲੱਗ ਜਾਵੇ ਤਾਂ ਉਹ ਅੱਗੇ ਨੂੰ ਗਲਤੀ ਨਾ ਕਰਨ। ਉਹਨਾਂ ਸੰਬੰਧੀ ਸਾਡੀ ਚੈਕਿੰਗ ਚੱਲ ਰਹੀ ਆ, ਜਿੱਥੇ ਵੀ ਸਾਨੂੰ ਕੋਈ ਮਿਲੂਗਾ ਅਸੀਂ ਉਹਦਾ ਕਾਨੂੰਨ ਮੁਤਾਬਕ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਪੇਰੈਂਟਸ ਨੂੰ ਇਹੀ ਆ ਵੀ ਆਪਣੇ ਬੱਚਿਆਂ ਨੂੰ ਜਿਹੜੇ ਘੱਟ ਉਮਰ ਦੇ ਨੇ ਉਹਨਾਂ ਨੂੰ ਵਹੀਕਲ ਨਾ ਦੇਣ। ਜੇ ਕੋਈ ਵਹੀਕਲ ਚਲਾਉਣ ਨਾਲ ਚਾਹੁੰਦਾ, ਕੋਈ ਟਿਊਸ਼ਨ 'ਤੇ ਜਾਣਾ ਕਿਸੇ ਨੇ, ਤਾਂ 50 CC ਤੋਂ ਥੱਲੇ ਹੋਣ, ਅਤੇ ਜਿਨ੍ਹਾਂ ਵਹੀਕਲਾਂ ਦੇ ਵਿੱਚ ਚਲਾਉਣ ਲਈ ਲਾਇਸੈਂਸ ਦੀ ਲੋੜ ਆ ਉਹ ਨਾ ਦਿੱਤਾ ਜਾਵੇ।